ਉਸ ਸਮੇਂ ਦੇ ਮੁੱਖ ਸਕੱਤਰ ਸ਼੍ਰੀ ਕੇ ਡੀ ਵਾਸੂਦੇਵਾ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਅੱਜ ਚਲੇ ਜਾਓ ਅੰਮ੍ਰਿਤਸਰ ਅਤੇ ਹਾਲਾਤ ਖਰਾਬ ਨੇ ਅਤੇ ਚਾਰ ਉੱਥੇ ਤੁਸੀਂ ਚਾਰ ਨੂੰ ਲੈ ਲਓ। 717 ਡੈੱਡ ਬੋਡੀਜ਼ ਸਿਵਲੀਅਨਸ ਦੀਆਂ ਜਿਹੜੀਆਂ ਸੀਗੀਆਂ ਉਹ ਦਰਬਾਰ ਸਾਹਿਬ ਤੋਂ ਲੈ ਕੇ ਗਈਆਂ ਗਈਆਂ ਪੋਸਟਮਾਰਟਮ ਲਈ। ਸਾਨੂੰ ਜਿਹੜਾ ਹੈ ਪਰਸਨਲੀ ਮੈਨੂੰ ਜਦ ਜੋ ਤੁਸੀਂ ਕਹੋਗੇ ਉਹ ਚਾਰਜ ਲੈਣ ਤੋਂ ਬਾਅਦ ਪਤਾ ਲੱਗਿਆ ਕਿ ਵੀ ਆਰਮੀ ਜਿਹੜੀ ਹੈਗੀ ਹੈ ਉਹਨੇ ਦਰਬਾਰ ਸਾਹਿਬ ਨੂੰ ਅਨਸਰਕਲ ਕਰ ਲਿਆ। ਕਿਸੇ ਵੀ ਪੰਜਾਬ ਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਡਿਸਟ੍ਰਿਕਟ ਮੈਜਿਸਟਰੇਟ ਨੇ ਕੋਈ ਫੌਜ ਨੂੰ ਆਰਡਰ ਨਹੀਂ ਕੀਤੇ ਕਿਉਂਕਿ ਇੱਕ ਅੰਬਰੈਲਾ ਆਰਡਰ ਜਿਹੜਾ ਸੀਗਾ ਉਹ ਸਟੇਟ ਗਵਰਨਮੈਂਟ ਨੇ ਇਸ਼ੂ ਕਰ ਦਿੱਤਾ ਸੀ। ਖਬਰ ਮਿਲ ਜਦ ਫੈਲੀ ਬਲੂ ਸਟਾਰ ਦੀ ਉਸ ਟਾਈਮ ਕੁਛ ਇੱਕ ਮੌਬ ਮੂਵਮੈਂਟ ਜਿਹੜੀ ਹੈਗੀ ਹੈ ਉਹ ਵੀ ਹੋਈ, ਕੁਛ ਦਰਦਨਾਕ ਘਟਨਾਵਾਂ ਹੋਈਆਂ ਜਿਨ੍ਹਾਂ 'ਚ ਵੀ ਡੈਥਸ ਹੋਈਆਂ ਜੀ। ਪਿਆਰੇ ਦਰਸ਼ਕੋ, ਕੌਮਾਂ ਦੀ ਜ਼ਿੰਦਗੀ ਦੇ ਅੰਦਰ ਬਹੁਤ ਕੁਝ ਰੋਜ਼ਾਨਾ ਵਾਪਰਦਾ ਜਿਹੜਾ ਕਿ ਅਸੀਂ ਸਹਿਜ ਨਾਲ ਹੀ ਜਿਹੜਾ ਭੁੱਲ ਜਾਂਦੇ ਹਾਂ, ਪਰ ਕੁਝ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਸਦਾ ਲਈ ਦੇਸ਼ਾਂ ਅਤੇ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਅਮਿੱਟ ਛਾਪ ਛੱਡ ਜਾਂਦੇ ਹਨ। ਇਸੇ ਤਰ੍ਹਾਂ ਦੀ ਘਟਨਾ ਸਾਕਾ ਨੀਲਾ ਤਾਰਾ ਸੀ, ਜਿਸ ਨੂੰ ਅੱਜ 35 ਸਾਲ ਹੋ ਗਏ ਆ। ਭਾਵੇਂ ਇਹਦੇ ਬਾਰੇ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਕਿਹਾ ਗਿਆ, ਪਰ ਅਜੇ ਵੀ ਲੱਗਦਾ ਕਿ ਇਸ ਦੇ ਜਿਹੜੇ ਵੱਖ ਵੱਖ ਪਸਾਰ ਆ ਉਹਨਾਂ ਦੇ ਬਾਰੇ 'ਚ ਹੋਰ ਜਾਣਕਾਰੀ ਮਿਲਣੀ ਚਾਹੀਦੀ ਹੈ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ ਅੱਜ ਅਸੀਂ ਅਜੀਤ ਵੈੱਬ ਟੀ ਵੀ ਦੇ ਸਟੂਡੀਓ ਵਿੱਚ ਸਰਦਾਰ ਰਮੇਸ਼ ਇੰਦਰ ਸਿੰਘ ਜੀ ਨੂੰ ਬੁਲਾਇਆ, ਜਿਹੜੇ ਕਿ ਉਸ ਸਮੇਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਹਨਾਂ ਨੇ ਸਾਕਾ ਨੀਲਾ ਤਾਰਾ ਦੇ ਘਟਨਾਕ੍ਰਮ ਨੂੰ ਬੜਾ ਨੇੜੇ ਤੋਂ ਦੇਖਿਆ ਅਤੇ ਉਹਨਾਂ ਨੇ ਇਸ ਸਾਰੇ ਸਿਲਸਿਲੇ ਨੂੰ ਕਿਵੇਂ ਮਹਿਸੂਸ ਕੀਤਾ, ਕਿਵੇਂ ਸਮਝਿਆ, ਜਾਂ ਉਹਨਾਂ ਦੀਆਂ ਕੌੜੀਆਂ ਯਾਦਾਂ ਇਹਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੀਆਂ ਹੈਗੀਆਂ, ਇਹਦੇ ਬਾਰੇ ਉਹਨਾਂ ਨਾਲ ਚਰਚਾ ਕਰਾਂਗੇ। ਸਰਦਾਰ ਰਮੇਸ਼ ਇੰਦਰ ਸਿੰਘ ਜੀ, ਅਜੀਤ ਵੈੱਬ ਟੀ ਵੀ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮੱਚ। ਇਹ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਹਾਨੂੰ ਕਦੋਂ ਇਹ ਜਾਣਕਾਰੀ ਮਿਲੀ ਜਾਂ ਸਰਕਾਰੀ ਤੌਰ 'ਤੇ ਕਦੋਂ ਸੂਚਨਾ ਮਿਲੀ ਕਿ ਜਿਹੜੀ ਇਹ ਸਰਕਾਰ ਇੱਥੇ ਕੋਈ ਹਰਿਮੰਦਰ ਸਾਹਿਬ ਸਮੂਹ ਵਿੱਚ ਕੋਈ ਫੌਜੀ ਕਾਰਵਾਈ ਕਰਨ ਬਾਰੇ ਸੋਚ ਰਹੀ ਹੈ? ਮੰਗ ਸਾਹਿਬ, ਇਹਦੇ 'ਚ ਥੋੜ੍ਹੀ ਜਿਹੀ ਮੈਂ ਬੈਕਗਰਾਊਂਡ ਦੇਣਾ ਚਾਹਾਂਗਾ। ਹਾਂਜੀ। ਕਿ ਮੇਰੇ ਪ੍ਰੈਡੀਸੈਸਰ ਜੋ ਉੱਥੇ ਡਿਪਟੀ ਕਮਿਸ਼ਨਰ ਸਨ ਸਰਦਾਰ ਗੁਰਦੇਵ ਸਿੰਘ ਬਰਾੜ ਜੀ, ਹਾਂਜੀ, ਉਹਨਾਂ ਨੇ ਅਪ੍ਰੈਲ 1984 ਦੇ ਮਹੀਨੇ ਦੇ ਵਿੱਚ ਅਮਰੀਕਾ ਜਾਣ ਦੇ ਲਈ, ਜਿੱਥੇ ਉਹਨਾਂ ਦਾ ਬੇਟਾ ਰਹਿੰਦਾ, ਐਕਸ ਇੰਡੀਆ ਲੀਵ ਲਈ ਅਪਲਾਈ ਕੀਤਾ ਸੀਗਾ। ਹਾਂਜੀ ਹਾਂਜੀ। ਅਤੇ ਮਈ ਦੇ ਮਹੀਨੇ ਦੇ ਵਿੱਚ ਮੈਨੂੰ ਸਾਊਂਡ ਕੀਤਾ ਗਿਆ ਸੀ ਕਿ ਤੁਸੀਂ ਉਹਨਾਂ ਦੇ ਛੁੱਟੀ ਦੇ ਪੀਰੀਅਡ ਦੇ ਵਿੱਚ ਅੰਮ੍ਰਿਤਸਰ ਦਾ ਚਾਰਜ ਤੁਹਾਨੂੰ ਦੇਵਾਂਗੇ। ਉਸ ਟਾਈਮ ਮੈਂ ਪੰਜਾਬ ਦਾ ਡਾਇਰੈਕਟਰ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਸੀਗਾ। ਠੀਕ ਹੈ ਜੀ। ਤੋ ਮੈਂ ਅੰਮ੍ਰਿਤਸਰ ਗਿਆ, ਬਰਾੜ ਸਾਹਿਬ ਨਾਲ ਗੱਲ ਕੀਤੀ, ਔਰ ਇਹ ਐਗਰੀ ਹੋ ਗਿਆ ਸੀ ਕਿਉਂਕਿ ਉਹਨਾਂ ਨੇ 8 ਜੂਨ ਦੀਆਂ ਟਿਕਟਾਂ ਬੁੱਕ ਕਰਾਈਆਂ ਸੀ ਅਮਰੀਕਾ ਦੀਆਂ, ਕਿ ਵੀ ਅਸੀਂ ਮੈਂ 4 ਨੂੰ ਪਹੁੰਚ ਜਾਵਾਂਗਾ ਅਤੇ 4 ਜਿਹੜਾ ਹੈਗਾ ਉਹ ਲੈ ਲਵਾਂਗਾ। ਨਾ ਉਹਨਾਂ ਨੂੰ ਪਤਾ ਸੀਗਾ ਕਿ ਫੌਜ ਦਾ ਐਕਸ਼ਨ ਹੋਣਾ, ਨਾ ਮੈਨੂੰ ਪਤਾ ਸੀਗਾ। ਅੱਛਾ ਜੀ। ਲੇਕਿਨ 3 ਜੂਨ ਨੂੰ ਜੋ ਹੈ ਮੈਨੂੰ ਉਸ ਸਮੇਂ ਦੇ ਮੁੱਖ ਸਕੱਤਰ ਸ਼੍ਰੀ ਕੇ ਡੀ ਵਾਸੂਦੇਵਾ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਅੱਜ ਚਲੇ ਜਾਓ ਅੰਮ੍ਰਿਤਸਰ ਅਤੇ ਹਾਲਾਤ ਖਰਾਬ ਨੇ ਅਤੇ ਚਾਰ ਉੱਥੇ ਤੁਸੀਂ 4 ਨੂੰ ਲੈ ਲਓ ਜਿਹੜਾ ਹੈਗਾ। ਉਸ ਸਮੇਂ ਵੀ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਸ਼ੇਅਰ ਨਹੀਂ ਕੀਤੀ। ਐਕਚੁਅਲੀ ਹੋਇਆ ਇਹ ਸੀ, ਮੈਂ ਉਹ ਤੁਹਾਨੂੰ ਥੋੜ੍ਹੀ ਦੇਰ ਬਾਅਦ ਦੱਸਦਾ, ਜਦ ਮੈਂ ਅੰਮ੍ਰਿਤਸਰ ਪਹੁੰਚਿਆ ਤਾਂ ਬਰਾੜ ਸਾਹਿਬ ਨੂੰ ਵੀ ਨਹੀਂ ਸੀ ਪਤਾ। ਉਹਨਾਂ ਨੇ 3 ਤਰੀਕ ਨੂੰ ਸੁਬਾਹ 11 ਵਜੇ ਅੰਮ੍ਰਿਤਸਰ ਸ਼ਹਿਰ ਦੇ ਉੱਤੇ ਕਰਫਿਊ ਲਾਤਾ ਸੀਗਾ। ਠੀਕ ਹੈ ਜੀ। ਉਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀਗਾ, ਸੰਗਤਾਂ ਅੰਦਰ ਆਈਆਂ ਹੋਈਆਂ ਸੀਗੀਆਂ, ਔਰ ਰਾਤ ਨੂੰ 9 ਵਜੇ ਤੋਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਸੀਗਾ ਕਰਫਿਊ ਲੱਗ ਗਿਆ। ਠੀਕ ਹੈ। ਤੋ ਟੈਕਨੀਕਲੀ ਤਾਂ ਓਪਰੇਸ਼ਨ ਜਿਹੜਾ ਹੈ ਜੀ ਉਹ 3 ਤਰੀਕ ਸ਼ਾਮ ਨੂੰ ਫੌਜ ਨੇ ਇਨਸਰਕਲ ਕਰ ਲਿਆ ਦਰਬਾਰ ਸਾਹਿਬ ਨੂੰ, ਉਹ ਸ਼ੁਰੂ ਹੋ ਗਿਆ ਹੈਗਾ। ਹਾਂਜੀ। ਲੇਕਿਨ ਉਸ ਸਮੇਂ ਨਾ ਮੈਨੂੰ ਪਤਾ ਸੀ ਨਾ ਉਹਨਾਂ ਨੂੰ ਪਤਾ ਸੀਗਾ। ਠੀਕ ਹੈ। ਹੋਇਆ ਕੀ ਹੈ ਕਿ 2 ਜੂਨ ਨੂੰ ਗਵਰਨਰ ਸਾਹਿਬ ਉਸ ਸਮੇਂ ਦੇ BD ਪਾਂਡੇ ਜੀ ਉਹ ਦਿੱਲੀ ਤੋਂ ਵਾਪਸ ਆਏ। ਹਾਂਜੀ। ਉਹਨਾਂ ਨੇ ਸ਼ਾਮ ਨੂੰ 5 ਵਜੇ ਸ਼੍ਰੀ KD ਵਾਸੂਦੇਵਾ ਸਾਹਿਬ ਨੂੰ ਅਤੇ ਸਰ ਅਮਰੀਕ ਸਿੰਘ ਪੁਨੀ ਜੋ ਉਸ ਸਮਾਂ ਦੇ ਗ੍ਰਹਿ ਸਕੱਤਰ ਸਨ ਰਾਜ ਭਵਨ ਦੇ ਵਿੱਚ ਬੁਲਾਇਆ। ਹਾਂਜੀ। ਔਰ ਉਹਨਾਂ ਨੂੰ ਦੱਸਿਆ ਕਿ ਫੌਜੀ ਐਕਸ਼ਨ ਮਤਲਬ ਫੌਜੀ ਏਡ ਟੂ ਸਿਵਲ ਅਥਾਰਟੀ ਲਈ ਜਿਹੜਾ ਹੈ ਬੁਲਾਇਆ ਜਾ ਰਿਹਾ ਅਤੇ
होम सैकटरी साहब नू कहा गया कि तुसी एक चिट्ठी जिहड़ी है फॉर्मल रेकोजिशन ऑर्डर इशू कर दिओ। तो गृह सकत्तर श्री ए एस पुनी जी ने जो वासुदेवा साहब ने मैंने दस्या भी थोड़ी जी रिलैक्टेंस दे नाल वो ऑर्डर जिहड़े सीगे वो साइन कर दिते। उत्थे ही जनरल सुंदर जी नू बुलाया गया जो उस टाइम जी ओ सी वैसटर्न कमांड सीगे, उन्हां नू चिट्ठी दे दित्ती गई। सर रणजीत सिंह लैफ्टिनेंट जनरल रणजीत सिंह दयाल जी नू एडवाइजर लगाया गया जिहड़ा है। तो फौज एक्चुअली अमृतसर जो पता लग्या बाद दे विच वो 29 जो है मई नू ही पहुँच चुकी सीगी जिहड़ी है। ठीक है, सानू जिहड़ा है परसनली मैनू जब जो जो तुसीं कहोगे वो चार्ज लैण तों बाद पता लग्या कि भी आर्मी जिहड़ी हैगी है उन्हें दरबार साहब नू इनसर्कल कर लिया ते शायद अंदर जावे। ठीक है जी, आम तौर पर कुछ हल्कियां वालों ये कहा जाता है कि सरदार गुरदेव सिंह बराड़ जिहड़े पहले डिप्टी कमिश्नर सीगे तुहाडे तों, उन्होंने इस कार्रवाई की मंजूरी देण तों ना कर दी सी ते फिर इस करके तुहानू लियांदा गया कि तां कि तुहाडी जिहड़ी उत्थे अगवाई च ये जिहड़ी कार्रवाई है मुकम्मल किया जाए, ये की सच की है? ये बिल्कुल झूठ है जी। मैं पहले ही बयान कर चुकिया कि बराड साहब ने तो अप्रैल के महीने के छुट्टी लिए अप्लाई कर दिता सीगा और उन्होंने छुट्टी सेंक्शन हो गई सी, मेरे ऑर्डर इशू हो चुके सीगे। ठीक है, ना उन्होंने पता सीगा फौजी एक्शन का, ना मैनू पता सी, ना ही किसी ने उन्होंने कहा ना मैनू कहा कि फौज नू रिक्वजिशन करो। ठीक है, फौज नू उपरली पद्धर ते जिस तरह हाँ जी हाँ कि चंडीगढ़ च राजभवन च राजभवन च हुई जी, गृह सकत्तर जी वालों जिहड़ा सी रिक्वजिशन की गई। इत्थे मैं ये भी क्लैरीफाई कर दें जी कि दरबार साहब इको गुरद्वारा साहब नहीं सीगे जिथे कि आर्मी का एक्शन होया, कोई 35-38 गुरद्वारा साहब के उत्ते आर्मी ने सर्च ऑपरेशन जिहड़े ने कीते ने, जिन्हां च तख्त श्री केसगढ़ साहब, कत तख्त श्री दमदमा साहब, पट्ठा साहब रोपड़, दुख निवारण साहब जिथे गोली भी चली जिहड़ी है पटियाला, मुक्तसर साहब, कई गुरद्वारे सी। किसी भी पंजाब के जिले के डिप्टी कमिश्नर ने, डिस्ट्रिक्ट मजिस्ट्रेट ने कोई फौज नू ऑर्डर नहीं किए, क्योंकि एक अंबरेला ऑर्डर जिहड़ा सीगा वो स्टेट गवर्नमेंट ने इशू कर दिता सी। कुछ जिहड़े हल्के आ वो ये कहिंदे आ कि 2 जून नू जिहड़ा सी आर पी ने पहला फायरिंग की हरिमंदर साहब समूह वाले पासे नू, तो वो तो बाद जिस तरह तुसीं दस्सिया 3 जून नू बकायदा फौज वालों कार्रवाई शुरू की गई, की जिहड़ी आ उस समय जिहड़े अंदर श्रद्धालु सीगे जिस तरह तुसीं जिक्र किया कि गुरु अर्जन देव जी का शहीदी दिन सीगा, की जिहड़ी लोकां नू बाहर आने लई बकायदा कोई सूचना जिहड़ी आ सरकार वालों दित्ती गई सी उस समय? देखो जी, 2-3 दा तां मैं कह नहीं सकदा क्योंकि मैं उस टाइम चार्ज नहीं संभालिया, लेकिन इन्ना मैंने जरूर पता है भी साहब गुरदेव सिंह बराड वालों 11 बजे सुबह तो 3 तरीक का जिहड़ा सी करफ्यू लगाया गया सीगा, जिहड़ा समा 5 बजे खत्म हो गया सीगा, उस तो बाद 9 बजे फिर दोबारा करफ्यू लगा दिता गया। उस तो बाद 4 तरीक नू मैं अनाउंसमेंट जरूर करवाई हैगी पब्लिक रिलेशन डिपार्टमेंट वालों कि संगतां नू बेनती की जाती है भी बाहर निकले आउण, फायरिंग एक्सचेंज जिहड़ा सी सस्पेंड होया जिहड़ा है, तो बेनती की गई पब्लिक रिलेशन दी बैन वालों कि वो बाहर आ जाण। ठीक है, क्योंकि मैं तुहानू इस करके पुछया कि कई थावां ते ये लिखिया गया कि जिहड़े श्रद्धालु सीगे गुरु अर्जन देव जी का शहीदी दिन सीगा, पहला कोई सरकार वालों कोई चेतावनी नहीं दी गई बाहर आने लई नहीं किया गया, इस करके मैं तुहानू ये सवाल पुछया सीगा जी। ये सारे घटनाक्रम नू तुसीं बड़ा नेड़े तों देखिया जिहड़ा 2-3 दिन उत्थे चलिया, कोई अजिही जानकारी जिहड़ी तुसीं इस संबंध च साडे स्रोतियां नू देना चाहोगे जो कुछ तुसीं देखिया उत्थे? अनफॉर्चुनेट बहुत ही एक दुखदाई दर्दनाक घटना हुई है। सारा पंजाब दे विच जो माहौल 10 साल रहा है ब्लू स्टार तो पहला, ब्लू स्टार विच, ब्लू स्टार तो बाद, इसने सारे साडे सूबे नू साडी जिहड़ी हैगी एक मैं समझदा कम्यूनिटी नू जिहड़ा हैगा पंजाबीयत नू बड़ा वड्डा धक्का दिता हैगा। और पंजाब जिहदी GDP 1 नंबर ते हुंदी सीगी, पर कैपिटा इनकम 1 नंबर ते सीगी, अज GDP च असीं 14वें-15वें नंबर ते हां, पर कैपिटा इनकम च असीं 6वें-7वें नंबर ते हां, किन्ने पिछड़ गए हांगे, साडे मुंडे बाहर जा के मुल्कां दे विच कोई दिहाड़ियां करदा है, कोई इलीगल रहिंदा है क्योंकि इत्थे नौकरियां नहीं मिलदियां जिहड़ियां नेगियां। तो ये सारी दर्दनाक घटनावां दा बड़ा वड्डा जिहड़ा हैगा मैं समझदा पंजाब नूं धक्का लग्गिया। हाँ जी, तुसीं महसूस करदे आ कि ये जिहड़ा घटनाक्रम वापरिया ऑपरेशन ब्लू स्टार तों लै के 1984 10-1 कतलेआम जिहनूं असीं कहिंदे आ, इहदे इहने पंजाब दी जिहड़ी आर्थिकता जिहड़ी उहदी
ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ ਜੋ ਅੱਜ ਤੱਕ ਜਿਹੜਾ ਪੰਜਾਬ ਸੰਭਲ ਕੇ ਅੱਗੇ ਨਹੀਂ ਵੱਧ ਸਕਿਆ। ਅਤੇ ਸਰਦਾਰ ਰਮੇਸ਼ ਇੰਦਰ ਸਿੰਘ ਜੀ ਕਿ ਉੱਥੇ ਜਿਹੜਾ ਵੀ ਓਪਰੇਸ਼ਨ ਹੋਇਆ ਉਹਦੇ 'ਚ ਜਿਹੜੇ ਲੋਕ ਮਰੇ ਆ ਉੱਥੇ ਉਹਨਾਂ ਬਾਰੇ ਵੱਖ ਵੱਖ ਲਿਖਤਾਂ 'ਚ ਜਾਂ ਵੱਖ ਵੱਖ ਕਿਤਾਬਾਂ 'ਚ ਹੀ ਉਹ ਵੱਖਰੇ ਵੱਖਰੇ ਅੰਕੜੇ ਉਹਦੇ 'ਚ ਦਰਜ ਕੀਤੇ ਗਏ ਆ। ਤੁਸੀਂ ਥੋੜ੍ਹਾ ਜਿਹਾ ਸਾਡੇ ਸਰੋਤਿਆਂ ਨੂੰ ਦੱਸ ਸਕਦੇ ਹਾਂ ਕਿ ਕਿੰਨੇ ਕੁ ਲੋਕ ਜਿਹੜੇ ਆ ਇਸ ਕਾਰਵਾਈ ਦੇ ਵਿੱਚ ਮਾਰੇ ਗਏ ਸੀਗੇ? 6 ਤਰੀਕ ਨੂੰ ਡੈੱਡ ਬਾਡੀਜ਼ ਨੂੰ ਜੋ ਹੈ ਦਰਬਾਰ ਸਾਹਿਬ ਤੋਂ ਲਿਜਾਣਾ ਸ਼ੁਰੂ ਕੀਤਾ ਗਿਆ ਸੀ ਜੀ। ਹਾਂਜੀ, 6, 7, 8 ਤਿੰਨ ਦਿਨ ਤੱਕ ਸਾਰੀ, ਮਤਲਬ ਵੈਸੇ ਤਾਂ 7 ਤਰੀਕ ਨੂੰ ਹੀ ਕਲੀਅਰ ਹੋ ਗਿਆ ਸੀ ਦਰਬਾਰ ਸਾਹਿਬ, ਲੇਕਿਨ ਕੁਛ ਇੱਕ ਸਟ੍ਰੇ ਬਾਡੀਜ਼ ਜਿਹੜੀਆਂ ਸੀ ਬਾਅਦ 'ਚ ਵੀ ਮਿਲੀਆਂ। ਹਾਂਜੀ, 717 ਡੈੱਡ ਬਾਡੀਜ਼ ਸਿਵਲੀਅਨਸ ਦੀਆਂ ਜਿਹੜੀਆਂ ਸੀਗੀਆਂ ਉਹ ਦਰਬਾਰ ਸਾਹਿਬ ਤੋਂ ਲੈ ਕੇ ਗਈਆਂ ਗਈਆਂ ਪੋਸਟਮਾਰਟਮ ਲਈ। ਹਾਂਜੀ, ਲੇਕਿਨ ਜੇ ਅਸੀਂ ਫਿਗਰ ਲਈਏ ਕ੍ਰੀਮੇਸ਼ਨ ਗਰਾਊਂਡ ਦੀ, ਤਾਂ ਉਸ ਦਰਬਾਰ ਸਾਹਿਬ ਦੇ ਇਰਦ ਗਿਰਦ 2 ਕ੍ਰੀਮੇਸ਼ਨ ਗਰਾਊਂਡ ਨੇ ਜੀ। ਇੱਕ ਤਾਂ ਸ਼ਹੀਦਾਂ ਦਾ ਜਿਹੜਾ ਹੈ ਕ੍ਰੀਮੇਸ਼ਨ ਗਰਾਊਂਡ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ, ਇੱਕ ਦੁਰਗਿਆਣਾ ਮੰਦਿਰ ਦੇ ਨਾਲ ਪਤਾਲਪੁਰੀ ਕ੍ਰੀਮੇਸ਼ਨ ਗਰਾਊਂਡ ਹੈ, ਅਤੇ ਉੱਥੇ ਤਕਰੀਬਨ ਜੋ ਹੈ 783 ਬਾਡੀਜ਼ ਜਿਹੜੀਆਂ ਸੀਗੀਆਂ ਉਹ ਕ੍ਰੀਮੇਟ ਹੋਈਆਂ ਨੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ। ਇਹ ਫਿਗਰ ਦੀ ਜਿਹੜੀ ਡਿਸਕ੍ਰਿਪੈਂਸੀ ਹੈ 717 ਅਤੇ 783 ਦੀ, ਇਹਦੇ 2-3 ਕਾਰਨ ਨੇਗੇ। ਹਾਂਜੀ, ਇੱਕ ਤਾਂ ਇਹ ਕਿ ਡੈਥਸ ਦਰਬਾਰ ਸਾਹਿਬ ਦੇ ਬਾਹਰ ਵੀ ਹੋਈਆਂ ਜੀ, ਠੀਕ ਹੈ, ਸਟੇ ਬੁਲਟਸ ਨਾਲ, ਸਟੇ ਸ਼ੈਲਿੰਗ ਨਾਲ, ਕਈ ਬਿਲਡਿੰਗਸ ਦੇ ਗਿਰਨ ਨਾਲ ਜਿਹੜਾ ਹੈਗਾ। ਦੂਸਰਾ ਕਾਰਨ ਇਹ ਹੈ ਕਿ ਜੋ ਇੰਜਰਡ ਕਈ ਹੋਸਪਿਟਲ ਗਏ ਸੀਗੇ ਉਹਨਾਂ ਦੀਆਂ ਬਾਅਦ 'ਚ ਡੈਥਸ ਹੋਈਆਂ, ਠੀਕ ਹੈ, ਉਹਨਾਂ ਦੀ ਕ੍ਰੀਮੇਸ਼ਨ ਹੋਈ। ਤੀਸਰਾ ਇਹ ਹੈ ਕਿ ਇਸ ਖਬਰ ਮਿਲ ਜਦ ਫੈਲੀ ਬਲੂ ਸਟਾਰ ਦੀ, ਉਸ ਟਾਈਮ ਕੁਛ ਇੱਕ ਮੌਬ ਮੂਵਮੈਂਟ ਜਿਹੜੀ ਹੈਗੀ ਹੈ ਉਹ ਵੀ ਹੋਈ, ਕੁਛ ਦਰਦਨਾਕ ਘਟਨਾਵਾਂ ਹੋਈਆਂ ਜਿਨ੍ਹਾਂ 'ਚ ਵੀ ਡੈਥਸ ਹੋਈਆਂ ਜੀ ਜਿਹੜਾ ਹੈਗਾ। ਅੱਛਾ, ਦੂਸਰਾ ਇਹਦਾ ਕ੍ਰਾਈਟੀਰੀਆ ਜਿਹੜਾ ਹੈਗਾ ਉਹ ਇਹ ਲਿਆ ਜਾ ਸਕਦਾ ਹੈ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਜੋ ਮੌਤਾਂ ਹੋਈਆਂ, ਡੈਥਸ ਹੋਈਆਂ, ਸ਼ਹੀਦੀਆਂ ਹੋਈਆਂ, ਉਹਨਾਂ ਦੀ ਪਰਿਵਾਰਾਂ ਨੂੰ SGPC ਨੇ ਇੱਕ ਰਿਲੀਫ ਜਿਹੜਾ ਹੈ ਮੁਆਵਜ਼ਾ ਦਿੱਤਾ ਜਿਹੜਾ ਹੈਗਾ। ਉਹ ਅੱਜ ਤੋਂ ਕੋਈ 4 ਸਾਲ ਪਹਿਲਾਂ ਦੀ ਫਿਗਰ ਮੇਰੇ ਕੋਲ ਹੈ ਜੀ, ਅਰੇ ਇਹਦੇ 'ਚ ਕੋਈ ਜ਼ਿਆਦਾ ਫਰਕ ਨਹੀਂ ਹੋ ਸਕਦਾ ਜਿਹੜਾ ਹੈਗਾ। 741 ਪਰਿਵਾਰਾਂ ਨੂੰ ਜਿਹੜਾ ਹੈਗਾ ਉਹ ਸ਼ਹੀਦਾਂ ਦਿਆਂ ਨੂੰ ਉਹ ਮੁਆਵਜ਼ਾ SGPC ਨੇ ਦਿੱਤਾ ਸੀਗਾ। ਠੀਕ ਹੈ ਜੀ, ਸੋ ਅੰਦਾਜ਼ਾ ਜਿਹੜਾ ਹੈ ਡੈਥਸ ਦਾ ਇਹਦੇ ਨਜ਼ਦੀਕ ਹੀ ਹੈ ਜੀ। ਹਾਂਜੀ, ਵੀ 800 ਦੇ ਲਗਭਗ ਮੈਕਸੀਮਮ ਹੋ ਸਕਦਾ ਲੋਕ ਮਰ ਗਏ। ਹਾਂਜੀ, ਸਰਦਾਰ ਜੀ, ਇਹ ਜਿਹੜੀ ਕਾਰਵਾਈ ਸਰਕਾਰ ਨੇ ਉਦੋਂ ਕੀਤੀ ਉਹਦਾ ਮੁੱਖ ਮਕਸਦ ਇਹ ਸੀਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਮਰਥਕਾਂ ਨੂੰ ਸਰਕਾਰ ਜਿਹੜੀ ਆ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਬਾਹਰ ਕੱਢਣਾ ਚਾਹੁੰਦੀ ਸੀ। ਅੱਜ 35 ਸਾਲ ਜਦੋਂ ਇਹਨੂੰ ਹੋ ਗਿਆ, ਤੁਸੀਂ ਬੜੇ ਸੀਨੀਅਰ ਆਫਿਸਰ ਉੱਥੇ ਰਹੇ ਆ, ਕੀ ਤੁਹਾਨੂੰ ਅੱਜ ਇਹ ਲੱਗਦਾ ਕਿ ਇਹ ਜਿਹੜੀ ਇਹ ਸਮੱਸਿਆ ਨੂੰ ਹੱਲ ਕਰਨ ਦਾ ਕੋਈ ਹੋਰ ਰਸਤਾ ਵੀ ਹੋ ਸਕਦਾ ਸੀਗਾ ਕਿ ਜਾਂ ਇਹ ਕਾਰਵਾਈ ਕਰਨੀ ਜ਼ਰੂਰੀ ਹੋ ਗਈ? ਨਹੀਂ, ਦੇਖੋ ਕਿਸੇ ਵੀ ਸਮੱਸਿਆ ਦਾ ਇੱਕ ਹੱਲ ਨਹੀਂ ਹੁੰਦਾ। ਹਾਂਜੀ, ਕਈ ਆਪਸ਼ਨਸ ਹੁੰਦੀਆਂ ਨੇ। ਇਨਫੈਕਟ ਫੌਜ ਦੇ ਵਿੱਚ ਵੀ ਡਿਫਰੈਂਸ ਆਫ ਓਪੀਨੀਅਨ ਸੀਗਾ। ਹਾਂਜੀ ਹਾਂਜੀ, ਜਿਹੜਾ ਹੈਗਾ ਜਿਹੜੀ ਡਾਇਰੈਕਟੋਰੇਟ ਆਫ ਮਿਲਟਰੀ ਓਪਰੇਸ਼ਨ ਹੈ, ਜਨਰਲ ਨਈਅਰ ਸੀਗੇ ਉਹਦੇ ਉਸ ਟਾਈਮ ਚੀਫ, ਉਹਨਾਂ ਨੇ ਜੋ ਆਊਟਲਾਈਨ ਪਲਾਨ ਬਣਾਈ ਸੀਗੀ ਉਹਦੇ ਹਿਸਾਬ ਨਾਲ ਘੇਰਾਬੰਦੀ ਕਰਕੇ ਜਿਹੜਾ ਸੀਗਾ ਪਬਲਿਕ ਓਪੀਨੀਅਨ ਬਿਲਡ ਕਰਕੇ, ਮਿਲੀਟੈਂਟਸ ਦੇ ਉੱਤੇ ਸਾਈਕੋਲੋਜੀਕਲ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਸਰੈਂਡਰ ਕਰਨ ਦਾ ਜਿਹੜਾ ਸੀ ਪਲਾਨ ਸੀਗਾ। ਲੇਕਿਨ ਉਸ ਸਮੇਂ ਦੇ ਜੋ GOC ਵੈਸਟਰਨ ਕਮਾਂਡ ਸੀ ਜਨਰਲ ਸੁੰਦਰ ਜੀ, ਉਹ ਉਹਨਾਂ ਦੇ ਆਪਣੀ ਡਿਫਰੈਂਟ ਪਲਾਨ ਸੀ, ਉਹਨਾਂ ਨੇ ਆਪ ਹੀ ਐਗਜੀਕਿਊਟ ਕੀਤੀ ਹੈ। ਇਹਦੇ ਸਿਵਲ ਨੂੰ ਤਾਂ ਕਿਸੇ ਵੀ ਸਾਡੇ ਬੰਦੇ ਨੂੰ ਨਾ ਪੁੱਛਿਆ ਗਿਆ, ਨਾ ਕੋਈ ਰਾਏ ਲਈ ਗਈ ਹੈ। ਅੱਛਾ, ਇੱਕ ਜੀ ਜਿਹੜਾ ਕੁਲਦੀਪ ਨਈਅਰ ਹੋਣੀ ਸਾਡੇ ਜਿਹੜੇ ਬੜੇ ਵੱਡੇ ਪੱਤਰਕਾਰ ਹੋਏ ਆ, ਉਹਨਾਂ ਨੇ ਪਿਛਲੇ ਸਾਲ ਜਿਹੜਾ 2018 'ਚ ਜਿਹੜੀ ਇਹਦੀ ਓਪਰੇਸ਼ਨ ਬਲਿਊ ਸਟਾਰ ਦੀ ਬਰਸੀ ਦੇ ਨੇੜੇ ਤੇੜੇ ਇੱਕ ਅਜੀਤ 'ਚ ਆਰਟੀਕਲ ਲਿਖਿਆ ਸੀ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਅਰਨ ਨਹਿਰੂ ਅਤੇ ਅਰਨ ਸਿੰਘ ਜਿਹੜੇ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਸਲਾਹਕਾਰ ਸੀਗੇ, ਉਹਨਾਂ ਦੇ ਬੜੇ ਉਸ ਸਮੇਂ ਨੇੜੇ ਸੀਗੇ, ਕਿ ਉਹਨਾਂ ਨੇ ਜਿਹੜਾ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਇਹ ਕਾਰਵਾਈ ਕਰਨ ਲਈ ਉਕਸਾਇਆ, ਅਤੇ ਉਹਨਾਂ ਨੇ ਇਹ ਰਾਏ ਵੀ ਦਿੱਤੀ ਕਿ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਉੱਥੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਮਰਥਕਾਂ ਨੂੰ ਕੱਢ ਦਿੱਤਾ ਜਾਂਦਾ, ਤਾਂ ਜਿਹੜੀ 1984 'ਚ ਜਿਹੜੀ ਲੋਕ ਸਭਾ ਦੀ ਚੋਣ ਹੋਣੀ ਹੈ ਉਹ ਬੜੀ ਆਸਾਨੀ ਨਾਲ ਜਿੱਤੀ ਜਾ ਸਕਦੀ ਹੈ। ਭਾਵੇਂ ਤੁਹਾਡਾ ਇਹ ਖੇਤਰ ਨਹੀਂ ਹੈ ਰਾਜਨੀਤੀ, ਪਰ ਫਿਰ ਵੀ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕੀ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਕੋਈ ਕਾਰਨ ਵੀ ਪਿੱਛੇ ਰਹੇ ਹੋ ਸਕਦੇ ਹੈ ਇਸ ਕਾਰਵਾਈ ਦੇ?
ਦੇਖੋ ਜੀ, ਇਹ ਤਾਂ ਜੇ ਕੋਈ ਹੋਊਗੀ ਗੱਲ ਦਿੱਲੀ ਹੋਏਗੀ। ਹਾਂਜੀ, ਮੇਰੇ ਨੋਟਿਸ ਤਾਂ ਹੈ ਨਹੀਂ ਗੀ। ਹਾਂਜੀ, ਅਤੇ ਸਪੈਕੂਲੇਟ ਮੈਂ ਕਰਨਾ ਨਹੀਂ ਚਾਹਾਂਗਾ। ਠੀਕ ਹੈ ਜੀ, ਇਹ ਜਿਹੜੀ ਕਾਰਵਾਈ ਹੈ ਜਿਹੜੀ ਹਰਿਮੰਦਰ ਦੇ ਵਿੱਚ ਹੋਈ ਹੈ ਫੌਜੀ ਕਾਰਵਾਈ, ਇਹਨੇ ਸਿੱਖ ਭਾਈਚਾਰੇ ਦੀ ਮਾਨਸਿਕਤਾ 'ਤੇ ਬੜਾ ਗਹਿਰਾ ਅਸਰ ਪਾਇਆ, ਸਮੁੱਚੇ ਤੌਰ 'ਤੇ ਪੰਜਾਬੀਆਂ ਉੱਪਰ ਵੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੇ ਉੱਪਰ ਵੀ, ਅਤੇ ਅੱਜ ਵੀ ਜਿਹੜਾ ਇਹਦਾ ਪ੍ਰਭਾਵ ਦੇਖਣ ਨੂੰ ਮਿਲਦਾ। ਇੱਕ ਤਰ੍ਹਾਂ ਨਾਲ ਸਿੱਖ ਜਿਹੜੇ ਹਮੇਸ਼ਾ ਜਿਨ੍ਹਾਂ ਨੇ ਸਭ ਤੋਂ ਅੱਗੇ ਹੋ ਕੇ ਇਸ ਦੇਸ਼ ਨੂੰ ਆਪਣਾ ਸਮਝਿਆ, ਇਹਦੀ ਸੁਰੱਖਿਆ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ, ਜਿਹੜਾ ਮੁਗਲ ਸਾਮਰਾਜ ਦੇ ਸਮੇਂ ਵੀ ਸਿੱਖ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੀ ਕੁਰਬਾਨੀ ਦਿੱਤੀ ਮਨੁੱਖੀ ਅਧਿਕਾਰਾਂ ਲਈ, ਜਬਰ ਜ਼ੁਲਮ ਦੇ ਖਿਲਾਫ਼ ਅੰਗਰੇਜ਼ਾਂ ਦੇ ਵੇਲੇ ਵੀ ਜਿਹੜੇ ਸਿੱਖ ਅਗਲੀਆਂ ਸਫਾਂ 'ਚ ਹੋ ਕੇ ਲੜੇ। ਅੱਜ ਵੀ ਕਿਹਾ ਜਾਂਦਾ ਕਿ 80% ਤੋਂ ਜ਼ਿਆਦਾ ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਦਿੱਤੀਆਂ। ਕੀ ਜਿਹੜੀ ਇਹ ਘਟਨਾ ਵਾਪਰੀ ਜਿਹਨੇ ਇੱਕ ਤਰ੍ਹਾਂ ਨਾਲ ਸਿੱਖਾਂ ਨੂੰ ਦੇਸ਼ ਦੀ ਮੁੱਖ ਧਾਰਾ ਤੋਂ ਦੂਰ ਕੀਤਾ, ਕੀ ਸਿੱਖਾਂ ਦੇ ਜਿਹੜੇ ਇਸ ਤਰ੍ਹਾਂ ਦੇ ਜਜ਼ਬਾਤ ਆ ਉਹਨਾਂ ਨੂੰ ਵੀ ਸ਼ਾਂਤ ਕਰਨ ਲਈ ਅੱਜ ਵੀ ਲੋੜ ਨਹੀਂ ਹੈਗੀ ਕਿ ਭਾਰਤ ਸਰਕਾਰ ਜਿਹੜੀ ਆ ਇਹਦੇ 'ਤੇ ਮੁਆਫ਼ੀ ਮੰਗੇ ਸਪਸ਼ਟ ਰੂਪ 'ਚ? ਦੇਖੋ, ਇਸ ਤਰ੍ਹਾਂ ਹੈ ਜੀ ਕਿ ਮਾਫ਼ੀ ਤਾਂ ਜਿਹੜਾ ਹੈਗਾ ਮੰਗਣਾ ਨਾ ਮੰਗਣਾ ਇਹ ਪੋਲੀਟੀਕਲ ਡਿਸੀਜ਼ਨ ਹੈ ਬੇਸਿਕਲੀ ਜਿਹੜਾ ਹੈ। ਹਾਂਜੀ ਹਾਂਜੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਹੀ ਦਰਦਨਾਕ ਦੁਖਨਾਇਕ ਘਟਨਾ ਸੀਗੀ ਔਰ ਭੁਲਾਈ ਨਹੀਂ ਜਾ ਸਕਦੀ। ਹਾਂਜੀ ਹਾਂਜੀ, ਲੇਕਿਨ ਇਹਦਾ ਕਲੋਜ਼ਰ ਹੋਣਾ ਵੀ ਬਹੁਤ ਜ਼ਰੂਰੀ ਹੈ। ਮੈਂ ਇਹੀ ਕਹਿੰਦਾ ਕਿ ਇਹਦਾ ਕੋਈ ਕੋਈ ਕਲੋਜ਼ਰ ਹੋਣਾ ਵੀ ਜਿਹੜਾ ਹੈ ਕੋਈ ਜ਼ਰੂਰੀ ਹੋਣਾ ਚਾਹੀਦਾ। ਹਾਂਜੀ, ਜੇ ਮਾਫ਼ੀ ਮੰਗੇ ਤੋਂ ਕਲੋਜ਼ਰ ਹੋ ਸਕਦਾ ਹੈ ਤਾਂ ਉਹ ਵੀ ਠੀਕ ਹੈ, ਚੰਗਾ ਸਲਿਊਸ਼ਨ ਹੈ। ਹਾਂਜੀ, ਜੇ ਕੋਈ ਟਰੁੱਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਬਣਾ ਕੇ ਸਾਰੀ ਸੱਚਾਈ ਨੂੰ ਸਾਹਮਣੇ ਲਿਆ ਕੇ, ਜਿੱਦਾਂ ਦੱਖਣੀ ਅਫਰੀਕਾ 'ਚ ਜਿੱਦਾਂ ਦੱਖਣੀ ਅਫਰੀਕਾ 'ਚ ਹੋਇਆਗਾ, ਸਾਰੀ ਸਾਰੀ ਧਿਰਾਂ ਨੂੰ ਸੁਣ ਕੇ ਐਵੀਡੈਂਸ ਲੈ ਕੇ ਬੜੇ ਉੱਚੇ ਪੱਧਰ ਦੇ ਇੰਟੈਗ੍ਰਿਟੀ ਵਾਲੇ ਸੀਨੀਅਰ ਜੱਜਸ ਨੂੰ ਲਾ ਕੇ ਸਫਾਈ ਆ ਜਾਵੇ, ਜਿਹਦੇ ਸਾਰੀ ਗੱਲ ਆ ਜਾਵੇ ਕਿ ਧਾਰਮਿਕ ਸੰਤਾਂ ਦਾ ਕੀ ਰੋਲ ਸੀਗਾ, ਮਿਲੀਟੈਂਟਸ ਨੇ ਕੀ ਕੀਤਾ, ਪਾਕਿਸਤਾਨ ਦਾ ਕੀ ਰੋਲ ਸੀਗਾ, ਪੋਲੀਟੀਕਲ ਲੀਡਰਾਂ ਦਾ ਕੀ ਲੋਡ ਸੀਗਾ, ਰੋਲ ਸੀ, ਅਫਸਰਾਂ ਦਾ ਕੀ ਰੋਲ ਸੀਗਾ। ਇਸੇ ਤਰ੍ਹਾਂ ਹੁਣ ਤੁਸੀਂ ਆਪਾਂ ਰੋਜ਼ ਪੜ੍ਹ ਲੈਂਦੇ ਹਾਂ, ਤੀਜੇ ਚੌਥੇ ਮਹੀਨੇ ਆ ਜਾਂਦਾ ਵੀ ਕਿਸੇ ਕਚਹਿਰੀ ਨੇ ਕਿਸੇ ਪੁਲਿਸ ਅਫਸਰ ਨੂੰ ਕਨਵਿਕਟ ਕਰਤਾ ਔਨ ਫਾਲਸ ਇਨਕਾਊਂਟਰ, ਹਾਂਜੀ ਨਿਊਜ਼ ਆ ਰਹੀ ਹੈ। ਤਾਂ ਸੱਚਾਈ ਕੀ ਹੈ ਸਾਰੀ ਜਿਹੜੀ ਹੈਗੀ ਹੈ, ਤਾਂ ਉਹ ਵੀ ਜੇ ਕਲੋਜ਼ਰ ਹੋ ਸਕਦਾ ਉਹਦੇ ਨਾਲ, ਤਾਂ ਮੇਰੇ ਹਿਸਾਬ ਦੇ ਨਾਲ ਜਜ਼ਬਾਤ ਨੂੰ ਬਿਨਾਂ ਭੜਕਾਏ ਇਹ ਬਹੁਤ ਜ਼ਰੂਰੀ ਹੈਗਾ। ਹਾਂਜੀ 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 ਹਾਂਜੀ, ਸ਼ਾਂਤਮਈ ਤਰੀਕੇ ਦੇ ਨਾਲ ਪੰਜਾਬੀਅਤ ਨੂੰ ਕਾਇਮ ਰੱਖਦੇ ਹੋਏ ਜੇ ਇਹ ਆਪਾਂ ਕਰ ਸਕਦੇ ਹਾਂ ਤਾਂ ਉਹ ਵੀ ਚੰਗੀ ਗੱਲ ਹੀ। ਹਾਂਜੀ, ਇਹ ਗੱਲ ਤੁਹਾਡੀ ਬੜੀ ਮਹੱਤਵਪੂਰਨ ਹੈ, ਕਿਉਂਕਿ ਇਸ ਜਿਹੜਾ ਘਟਨਾਕ੍ਰਮ ਜਿਹੜਾ ਵਾਪਰਿਆ ਉਦੋਂ ਉਹਦੀ ਅੱਜ ਵੀ ਜਿਹੜੀ ਆ ਵੱਖ ਵੱਖ ਢੰਗਾਂ ਨਾਲ ਵੱਖ ਵੱਖ ਧਿਰਾਂ ਵੱਲੋਂ ਵਰਤੋਂ ਕੀਤੀ ਜਾਂਦੀ ਹੈ, ਅਤੇ ਉਹਦੇ ਨਾਲ ਵੋਟ ਰਾਜਨੀਤੀ ਲਈ ਵੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜੇ ਜਿਸ ਤਰ੍ਹਾਂ ਦਾ ਜਿਹੜਾ ਤੱਥ ਜਾਣਨ ਵਾਲਾ ਇੱਕ ਕਮਿਸ਼ਨ ਬਣਾਇਆ ਜਾਵੇ, ਭਾਵੇਂ ਉਹਦੇ ਆਧਾਰ 'ਤੇ ਕਿਸੇ 'ਤੇ ਮੁਕੱਦਮੇ ਨਾ ਕੀਤੇ ਜਾਣ, ਜਿਸ ਇੱਕ ਦੂਜੇ ਨੂੰ ਮੁਆਫ਼ ਕਰਨ ਦੀ ਭਾਵਨਾ ਨਾਲ ਹੀ ਹੋਵੇ, ਪਰ ਜਿਹੜੇ ਲੋਕਾਂ ਨੂੰ ਜ਼ਿਆਦਾ ਇਹਦੇ 'ਚ ਨੁਕਸਾਨ ਹੋਇਆ ਇਸ ਸਮੇਂ ਦੌਰਾਨ, ਉਹਨਾਂ ਦੀ ਮੁੜ ਜਿਹੜੀ ਬਹਾਲੀ ਜਾਂ ਮੁੜ ਵਸੇਬਾ ਉਹਨਾਂ ਦਾ ਉਹ ਜ਼ਰੂਰ ਹੋ ਜਾਏ, ਤਾਂ ਇਹਦੇ ਨਾਲ ਸਮੁੱਚੇ ਤੌਰ 'ਤੇ ਜਿਹੜਾ ਸਿੱਖ ਭਾਈਚਾਰੇ ਦੇ ਜੇ ਜਜ਼ਬਾਤ ਆ ਉਹਨਾਂ ਨੂੰ ਕੋਈ ਸ਼ਾਂਤੀ ਅਤੇ ਸੰਤੁਸ਼ਟੀ ਮਿਲ ਸਕਦੀ ਹੈ। ਅਤੇ ਇਹਦੇ 'ਚ ਅੱਜ ਵੀ ਤੁਸੀਂ ਦੇਖਦੇ ਹਾਂ ਕਿ ਜਦੋਂ ਵੀ ਚੋਣਾਂ ਹੋਣੀਆਂ ਅਤੇ ਵੱਖ ਵੱਖ ਧਿਰਾਂ ਜਿਹੜੀਆਂ ਕਾਂਗਰਸ ਦੇ ਵਿਰੋਧ ਆ ਉਹ ਸਾਰਾ ਮਸਲਾ ਫਿਰ ਲਿਆ ਖੜਾ ਕਰ ਦਿੰਦੀਆਂ ਕਿ ਇਹਨਾਂ ਨੇ ਸਾਡੇ ਹਰਿਮੰਦਰ ਸਾਹਿਬ 'ਤੇ ਹਮਲਾ ਕਰਤਾ ਅਤੇ ਇਹਨਾਂ ਨੇ ਬੇਦੋਸ਼ੇ ਲੋਕਾਂ ਨੂੰ ਮਾਰਤਾ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਇੱਕ ਸਰਕਾਰੀ ਤੌਰ 'ਤੇ ਵੀ, ਕਿਉਂਕਿ ਇੱਦਾਂ ਦੀਆਂ ਵੱਡੀਆਂ ਘਟਨਾਵਾਂ ਬਾਰੇ 'ਚ ਦਹਾਕਿਆਂ ਬਾਅਦ ਵੀ ਜਿਹੜੀਆਂ ਸਰਕਾਰਾਂ ਮੁਆਫ਼ੀ ਮੰਗਦੀਆਂ ਕਈ ਦੇਸ਼ਾਂ 'ਚ ਦੇਖੀਆਂ ਗਈਆਂ, ਇੱਕ ਤਾਂ ਇਹ ਗੱਲ ਹੈ ਕਿ ਇਹ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ, ਕਿਉਂਕਿ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦੀ ਸੋਚ ਨਹੀਂ ਅਪਣਾਉਣੀ ਚਾਹੀਦੀ ਇਸ ਮਾਮਲੇ 'ਚ? ਦੇਖੋ, ਪੋਲੀਟੀਕਲ ਇਸ਼ੂਜ਼ 'ਤੇ ਤਾਂ ਮੈਂ ਕਮੈਂਟ ਨਹੀਂ ਕਰਨਾ ਚਾਹਾਂਗਾ ਜਿਹੜਾ ਹੈਗਾ, ਮੈਂ ਸਰਕਾਰੀ ਮੁਲਾਜ਼ਮ ਰਿਹਾਂਗਾ, ਸੋ ਉਸ ਇਸ਼ੂਜ਼ 'ਤੇ ਨਹੀਂ ਮੈਂ ਜਾਵਾਂਗਾ। ਬਟ ਇਸ ਚੀਜ਼ ਨਾਲ ਮੈਂ ਤੁਹਾਡੇ ਐਗਰੀ ਕਰਦਾ ਕਿ ਵੱਖ ਵੱਖ ਵਿਚਾਰਧਾਰਾ ਦੇ ਲੋਕ, ਵੱਖ ਵੱਖ ਪੋਲੀਟੀਕਲ ਸੰਸਥਾਵਾਂ ਦੇ ਲੋਕ ਆਪਣੇ ਇੰਟਰਸਟ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਫੈਕਟਸ ਨੂੰ ਰਿਪ੍ਰਜੈਂਟ ਕਰਦੇ ਨੇ, ਔਰ ਕਈ ਵਾਰ ਉਹ ਫੈਕਟਸ ਨੂੰ ਡਿਸਟੋਰਟ ਵੀ ਕਰਦੇ ਨੇ, ਹਾਂਜੀ, ਅਤੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਇਸ ਪੱਖੋਂ ਜੇ ਦੇਖਿਆ ਜਾਵੇ ਤਾਂ ਇੱਕ ਟਰੁੱਥ ਐਂਡ ਰੀਕੌਂਸੀਲੀਏਸ਼ਨ ਕਮਿਸ਼ਨ ਜਿਹੜਾ ਹੈਗਾ ਕੁੱਡ ਬੀ ਏ ਸਲਿਊਸ਼ਨ। ਠੀਕ ਹੈ, ਇਸ ਜਿਹੜਾ ਦੁਖਦਾਈ ਘਟਨਾਕ੍ਰਮ ਵਾਪਰਿਆ ਇਹਦੇ ਲਈ, ਇਹਦੇ ਜਿਹੜੇ ਸਾਡੇ ਦੇਸ਼ ਲਈ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹਦੇ ਇਸ ਦੁਖਾਂਤ ਦੇ ਸਬਕ ਕੀ ਆ? ਦੇਖੋ ਜੀ, ਸਾਰਿਆਂ ਵੱਡਾ ਸਬਕ ਤਾਂ ਮੈਂ ਸਮਝਦਾ ਇਹੀ ਹੈ ਕਿ ਡਿਵਿਸਿਵ ਜਿਹੜਾ ਹੈਗਾ ਸੁਸਾਇਟੀ ਨੂੰ, ਨਾ ਉਹ ਥੋਟ ਪ੍ਰੋਸੈਸ ਡੋਮੀਨੈਂਟ ਹੋਣੀ ਚਾਹੀਦੀ ਹੈ, ਨਾ ਉਹ ਪੋਲੀਟਿਕਸ ਹੋਣਾ ਚਾਹੀਦਾ ਹੈਗਾ ਜਿਹੜਾ ਹੈ।
आपसी सहयोग नाल प्यार नाल पंजाब पंजाबीयत नाल जिहड़ा हैगा भाईचारा बना के जिहड़ा हैगा रहना चाहिए। पंजाब की तरक्की होगी, मुल्क की तरक्की होगी। जिस तरह तुसीं कहा कि असी बहुत लीडिंग रोल हमेशा पंजाबियों ने हिंदुस्तान दे विच अपना प्ले किया है हर हर पहलू दे विच, ते उही रोल साडा आपां दुबारा अटेन करिए मिलजुल के सारे इकट्ठे होके। ठीक है, आखिर दे विच तुसीं अजीत वैब टीवी दे दर्शकां नूं इस सारे घटनाक्रम बारे अपने वालों की सुनेहा देना चाहते हैं, कोई गल जिहड़ी तुसीं साडे नाल सांझा करना चाहते हैं? नहीं जी, मैं तो यही कहांगा कि इस घटना इन्नी दुखदाई सी भुलता नहीं सकते, लेकिन अगे वधन की लोड़ है, क्लोजर की लोड़ है, जिहड़ा हैगा सारे मिलजुल के पंजाब नूं अगे ले जाइए। ठीक है, प्यारे दर्शकों, ये सन सरदार रमेश इंदर सिंह जी, जिहड़े कि ऑपरेशन ब्लू स्टार समय 35 साल पहला हरिमंदर साहब च जिहड़ी कार्रवाई हुई है उस समय उत्थे डिप्टी कमिश्नर सीगे, ते उहनां नाल असीं ये हरम जिहड़े साका नीला तारा की 35वीं बरसी ते गलबात की है। आस है तुहानूं इह गलबात पसंद आई होएगी। हुण इस मुलाकात का समा खत्म हुंदा, अगली बार किसी होर अहम शख्सियत नाल तुहाडी मुलाकात करावांगे। बहुत बहुत शुक्रिया सरदार रमेश इंदर सिंह जी, तुहाडा बहुत बहुत धन्यवाद। थैंक यू वेरी मच। थैंक यू।